ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ। ਮੈਂ ਤਰਲੋਚਨ ਸਿੰਘ। ਆਪਣੀ ਜਿਹੜੀ ਸੀਰੀਜ਼ ਅਸੀਂ ਸ਼ੁਰੂ ਕੀਤੀ ਹੈ ਨਾਲ ਸਿੱਖ ਪਿਲੀਗ੍ਰਮ ਸਪੈਸ਼ਲ, ਉਹਦੇ ਸੈਕਿੰਡ ਐਪੀਸੋਡ ਦੇ ਲਈ ਅੱਜ ਅਸੀਂ ਲੁਧਿਆਣੇ ਆਏ ਹਾਂ। ਅਤੇ ਇੱਥੇ ਆਪਾਂ ਗੱਲ ਕਰਾਂਗੇ ਸਰਦਾਰ ਸੁਰਿੰਦਰਪਾਲ ਸਿੰਘ ਜੀ, ਉਹਨਾਂ ਦੇ ਨਾਲ ਜਿਹੜੇ ਕਿ ਇੱਕ ਤੋਂ ਜ਼ਿਆਦਾ ਵਾਰੀ ਪਾਕਿਸਤਾਨ ਜਾ ਕੇ ਆਏ ਨੇ। ਸ਼ਾਇਦ ਇਹ ਪਾਕਿਸਤਾਨੀ ਭਰਾਵਾਂ ਦਾ ਪਿਆਰ, ਮਹਿਮਾਨ ਨਵਾਜ਼ੀ ਹੈ ਜਿਹੜੀ ਇਹਨਾਂ ਨੂੰ ਵਾਰ ਵਾਰ ਉੱਧਰ ਜਾਣ ਲਈ ਪ੍ਰੇਰਿਤ ਕਰਦੀ ਹੈ। ਤਾਂ ਇਹਨਾਂ ਨਾਲ ਗੱਲ ਕਰਦੇ ਹਾਂ, ਸ਼ੁਰੂ ਕਰਦੇ ਹਾਂ। ਕੀ ਕਹਿੰਦੇ ਆ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਹਿਲੇ ਦੱਸੋ ਤੁਸੀਂ ਕਿੰਨੀ ਵਾਰੀ ਗਏ ਹੋ ਜੀ ਪਾਕਿਸਤਾਨ? ਮੈਂ 3 ਵਾਰੀ ਪਾਕਿਸਤਾਨ ਗਿਆ। ਅੱਛਾ ਜੀ। ਪਹਿਲੀ ਵਾਰੀ ਗਿਆ ਸੀ 1990 ਦੇ ਵਿੱਚ। ਅੱਛਾ ਜੀ। ਉਦੋਂ ਬਾਅਦ ਫਿਰ 97 ਵਿੱਚ। ਹਾਂਜੀ। ਆਫਟਰ ਦੈਟ ਫਿਰ 2003 ਦੇ ਵਿੱਚ। ਇਹ ਇੰਨੀ ਵਾਰੀ ਜਾਣ ਦਾ ਕਾਰਨ ਜੀ? ਪਹਿਲੀ ਵਾਰੀ ਤਾਂ ਮੈਂ ਜਦੋਂ ਗਿਆ ਸੀਗਾ, ਦੈਨ ਮੈਂ ਇਹ ਦੇਖਣਾ ਚਾਹੁੰਦਾ ਸੀ ਕਿ ਪਾਕਿਸਤਾਨ ਦੇ ਵਿੱਚ ਹੈ ਕੀ ਮਾਹੌਲ, ਕਿੱਦਾਂ ਹੈ, ਠੀਕ ਹੈ ਜੀ, ਸਾਡੇ ਗੁਰਦੁਆਰਿਆਂ ਦੀ ਹਾਲਾਤ ਕੀ ਆ ਉੱਥੇ, ਕਿੱਦਾਂ ਯਾਨੀ ਕਿ ਉਹਨਾਂ ਨੇ ਰੱਖ ਰਖਾਓ ਰੱਖਿਆ, ਸਾਡੇ ਨਾਲ ਡੀਲਿੰਗ ਕਿੱਦਾਂ ਦੀ ਹੈ। ਠੀਕ ਹੈ। ਸਿਰਫ ਮੈਂ ਉਸ ਕਰਕੇ ਗਿਆ ਸੀ ਪਹਿਲੀ ਵਾਰੀ ਤਾਂ। ਠੀਕ ਹੈ ਜੀ। ਆਫਟਰ ਦੈਟ ਫਿਰ ਮੈਨੂੰ ਜਦੋਂ ਅੱਛਾ ਲੱਗਿਆ, ਹਾਂਜੀ, ਅਤੇ ਮੈਂ ਫਿਰ ਇਹ ਸੋਚਿਆ ਕਿ ਮੈਂ ਉਦੋਂ ਬਾਅਦ ਆਪਣੀ ਫੈਮਿਲੀ ਨੂੰ ਵੀ ਦਰਸ਼ਨ ਕਰਾ ਕੇ ਆਵਾਂ ਅਤੇ ਨਾਲ ਉਹਨਾਂ ਲੋਕਾਂ ਦਾ। ਪਹਿਲੀ ਵਾਰੀ ਇਕੱਲੇ ਗਏ ਸੀ? ਪਹਿਲੀ ਵਾਰੀ ਮੈਂ ਇਕੱਲਾ ਗਿਆ ਸੀ। ਅੱਛਾ ਜੀ। ਉਦੋਂ ਮੇਰੇ ਨਾਲ 2-4 ਬੰਦੇ ਹੋਰ ਸੀ ਸਾਡੇ ਆਫਿਸ ਦੇ। ਓਕੇ, ਠੀਕ ਹੈ ਜੀ। ਆਫਟਰ ਦੈਟ ਫਿਰ ਮੈਂ ਦੇਖਿਆ, ਮੈਂ ਕਿਹਾ ਯਾਰ ਇਹਨਾਂ ਦਾ ਜੋ ਮਾਹੌਲ ਆ, ਹਾਂਜੀ, ਜਾਂ ਸਾਡੇ ਪ੍ਰਤੀ ਇਹਨਾਂ ਦਾ ਮੋਹ ਆ, ਜਾਂ ਜਿੱਦਾਂ ਵੀ ਸਾਡੀ ਆਓ ਭਗਤ ਕਰਦੇ ਆ, ਬਿਲਕੁਲ ਜੀ, ਅਤੇ ਉਹ ਮੈਂ ਚਾਹੁੰਦਾ ਸੀ ਕਿ ਮੇਰੀ ਫੈਮਿਲੀ ਵੀ ਇਹ ਚੀਜ਼ ਜਾਣੇ ਵੀ ਭਾਈ ਇੱਥੇ ਕੀ ਹੋ ਰਿਹਾ। ਬਹੁਤ ਵਧੀਆ ਗੱਲ ਹੈ ਜੀ। ਅਤੇ ਤੁਸੀਂ ਆਲਮੋਸਟ 90 ਤੋਂ 2007 ਤੱਕ? ਹਾਂਜੀ ਹਾਂਜੀ ਹਾਂਜੀ। ਬਹੁਤ ਲੰਮਾ ਵਕਫਾ 17 ਸਾਲਾਂ 'ਚ। ਉੱਧਰ ਕਿੰਨੀ ਕੁ ਡਿਵੈਲਪਮੈਂਟ ਤੁਹਾਡੇ ਸਾਹਮਣੇ ਹੋਈ ਜੀ? ਮੇਰੇ ਹਿਸਾਬ ਨਾਲ ਡਿਵੈਲਪਮੈਂਟ ਤਾਂ ਉਹਨਾਂ ਦੀ ਨੋਰਮਲ ਜੀ ਚੱਲ ਰਹੀ ਹੈ, ਠੀਕ ਹੈ ਜੀ, ਪਰ ਆਈ ਥਿੰਕ ਕਿ ਉਹਨਾਂ ਦੀ ਡਿਵੈਲਪਮੈਂਟ ਜੋ ਵੀ ਹੈ, ਹਾਂਜੀ, ਪਰ ਸਾਡੇ ਕੰਟਰੀ ਨਾਲ ਫਿਰ ਵੀ ਬੈਟਰ ਆ, ਠੀਕ ਹੈ ਜੀ। ਸਾਰਾ ਵੱਡੀ ਗੱਲ ਇਹ ਆ ਕਿ ਅਸੀਂ ਇੱਥੇ ਪੈਸਟੀਸਾਈਡਸ ਖਾ ਰਹੇ ਹਾਂ, ਹਾਂਜੀ ਹਾਂ, ਦੇ ਆਰ ਨੋਟ ਟੇਕਿੰਗ ਦੈਟ, ਉੱਥੇ ਔਰਗੈਨਿਕ ਜ਼ਿਆਦਾ ਚੱਲ ਰਿਹਾ, ਉੱਥੇ ਟੋਟਲੀ ਔਰਗੈਨਿਕ ਆ। ਮੈਂ ਤਾਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਅਸੀਂ ਜਿਹੜੀਆਂ ਚੀਜ਼ਾਂ ਬਚਪਨ ਦੇ ਵਿੱਚ ਖਾਧੀਆਂ ਸੀਗੀਆਂ, ਹਾਂਜੀ, ਸਾਨੂੰ ਉੱਥੇ ਜਾ ਕੇ ਖਾਣ ਦਾ ਮਜ਼ਾ ਹੁਣ ਵੀ ਮਿਲਦੀਆਂ ਉੱਥੇ ਦੀ, ਪਰ ਸਾਡੇ ਹੁਣ ਖਤਮ ਹੋ ਚੁੱਕੀ। ਠੀਕ ਹੈ। ਪਰ ਜਿਹੜਾ 90 ਤੋਂ ਲੈ ਕੇ 2007 ਦੇ ਵਿੱਚ ਉਹਨਾਂ ਦੇ ਜਿਹੜੇ ਸੁਭਾਅ ਦੇ ਵਿੱਚ ਜਾਂ ਮਹਿਮਾਨ ਨਵਾਜ਼ੀ 'ਚ ਕੋਈ ਫਰਕ ਪਿਆ? ਨਹੀਂ, ਕੋਈ ਫਰਕ ਨਹੀਂ ਪਿਆ, ਸਗੋਂ ਵਧਿਆ ਹੀ ਆ। ਅੱਛਾ ਜੀ। ਘਟਿਆ ਨਹੀਂ। ਓਕੇ। ਅਗਲੀ ਜਨਰੇਸ਼ਨ ਵੀ ਉਹਨਾਂ ਹੀ ਪਿਆਰ ਕਰਦੀ? ਅਗਲੀ ਜਨਰੇਸ਼ਨ ਸੇਮ, ਇੱਦਾਂ ਦੀ ਕੋਈ ਪ੍ਰੋਬਲਮ ਨਹੀਂ। ਮੈਂ ਹੁਣ ਲੇਟੈਸਟ ਜੋ ਲਾਸਟ ਟਾਈਮ ਗਿਆ, ਹਾਂਜੀ, ਐਟ ਦੈਟ ਟਾਈਮ ਦੈਨ ਮੇਰੀ ਮਦਰ ਮੇਰੇ ਨਾਲ ਸੀ, ਮੇਰੀ ਬੇਟੀ ਮੇਰੇ ਨਾਲ ਸੀ। ਅੱਛਾ ਜੀ। ਅਸੀਂ ਸਾਨੂੰ ਲਾਹੌਰ ਆ ਕੇ ਲਾਹੌਰ ਘੁੰਮਣ ਦਾ ਮੌਕਾ ਮਿਲਿਆ, ਠੀਕ ਹੈ ਜੀ, ਅਤੇ ਅਸੀਂ ਜਦੋਂ ਮਾਰਕੀਟ 'ਚ ਘੁੰਮ ਰਹੇ ਸੀਗੇ ਤਾਂ ਇੱਕ ਪੁਲਿਸ ਕਾਂਸਟੇਬਲ ਨੇ ਸਾਨੂੰ ਦੇਖ ਲਿਆ, ਹਾਂਜੀ, ਐਟ ਦੈਟ ਟਾਈਮ ਉੱਥੇ 1-way ਲੱਗੀ ਹੋਈ ਸੀਗੀ। ਅੱਛਾ ਜੀ। 1-way ਲੱਗੀ ਹੋਣ ਦੇ ਬਾਵਜੂਦ ਵੀ ਉਹਨੇ ਰਿਕਸ਼ਾ ਚਾਲਕ ਨੂੰ ਰੋਕ ਕੇ ਸਾਨੂੰ ਕਿਹਾ ਉਹਨੂੰ, ਹਾਂਜੀ, ਇਹ ਆਪਣੇ ਮਹਿਮਾਨ ਆ, ਇਹਨਾਂ ਨੂੰ ਜਿੱਧਰ ਦੀ ਮਰਜ਼ੀ ਲੈ ਕੇ ਜਾ। ਅੱਛਾ। ਇਹਨਾਂ ਵਾਸਤੇ ਕੋਈ 1-way ਨਹੀਂ ਹੈ, ਠੀਕ ਹੈ। ਇਹਨਾਂ ਨੂੰ ਸਾਰਿਆਂ ਨੂੰ ਘੁਮਾ ਕੇ ਆਰਾਮ ਦੇ ਨਾਲ ਗੁਰਦੁਆਰੇ ਛੱਡ ਗਏ। ਅੱਛਾ, ਵੈਰੀ ਗੁੱਡ, ਵੈਰੀ ਗੁੱਡ। ਅਤੇ ਤੁਹਾਨੂੰ ਉੱਧਰ ਜਿਹੜੇ ਆਪਣੇ ਗੁਰਦੁਆਰਾ ਸਾਹਿਬ ਨੇ ਕਿਵੇਂ ਲੱਗਦਾ ਉਹਨਾਂ ਦਾ? ਗੁਰਦੁਆਰਿਆਂ ਦੀ ਕੰਡੀਸ਼ਨ ਅੱਗੇ ਨਾਲੋਂ ਬੈਟਰ ਹੋ ਗਈ, ਬਹੁਤ ਬੈਟਰ ਹੋ ਰਹੀ, ਠੀਕ ਹੈ ਜੀ, ਕਿਉਂਕਿ ਮੈਂ ਦੇਖਿਆ ਕਿ ਗੁਰਦੁਆਰਿਆਂ ਦੇ ਹਿਸਾਬ ਨਾਲ ਡਿਵੈਲਪਮੈਂਟ ਦੇਖੀ ਜਾਵੇ ਤਾਂ ਦੈਨ ਸਾਡੇ ਇੱਧਰ ਨਾਲੋਂ ਵੀ ਬੈਟਰ ਕਰ ਰਹੇ ਹਾਂ। ਅੱਛਾ ਜੀ। ਆ ਚੀਜ਼, ਕਿਉਂਕਿ ਅਸੀਂ ਉਹ ਚੀਜ਼ ਨਹੀਂ ਸੋਚ ਸਕਦੇ ਜੋ ਸੇਵਾ ਭਾਵ ਨਾਲੋਂ ਕੰਮ ਕਰ ਰਹੇ ਨਾ, ਠੀਕ ਹੈ, ਸਾਡੇ ਇੱਥੇ ਸੇਵਾ ਭਾਵ ਨਾਲ ਕੰਮ ਨਹੀਂ ਹੁੰਦਾ, ਉਹਨਾਂ ਨਹੀਂ ਹੈਗਾ, ਬਿਲਕੁਲ। ਤੇ 3 ਵਾਰੀ ਤੁਸੀਂ ਗਏ ਵੀਜ਼ੇ ਦੀ ਪ੍ਰੋਬਲਮ ਜੀ ਕੋਈ? ਨਹੀਂ, ਮੈਨੂੰ ਕੋਈ ਪ੍ਰੋਬਲਮ ਨਹੀਂ ਆਈ। ਅੱਛਾ, ਕਿਤੇ ਇਹ ਕਹਿੰਦੇ ਹੁਣ ਵੀ ਤੁਸੀਂ ਇੱਕ ਵਾਰੀ ਜਾਏ ਬਾਰ ਬਾਰ? ਨਹੀਂ, ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਆਈ। ਅੱਛਾ ਜੀ। ਉੱਧਰ ਕਿਹੜੇ ਕਿਹੜੇ ਥਾਵਾਂ 'ਤੇ ਗਏ ਹੋ ਜੀ? ਮੈਂ ਉੱਥੇ ਸਾਰੇ ਗੁਰਦੁਆਰੇ ਪਹਿਲਾਂ ਦੇਖਿਆ, ਪੰਜਾ ਸਾਹਿਬ ਗਿਆ ਸੀ। ਅੱਛਾ ਜੀ। ਆਪਣਾ ਡੇਰਾ ਸਾਹਿਬ, ਹਾਂਜੀ, ਪਹਿਲੀ ਵਾਰ ਤਾਂ ਯਾਨੀ ਕਿ ਸਾਰੋਂ ਵੱਡੀ ਗੱਲ ਆ ਕਿ ਮੈਨੂੰ ਮਜ਼ਾ ਇਸ ਗੱਲ ਦਾ ਆਇਆ ਕਿ ਸਾਨੂੰ ਰਾਵਲਪਿੰਡੀ ਦੇਖਣ ਨੂੰ ਮਿਲ ਗਿਆ। ਅੱਛਾ ਜੀ। ਆਫਟਰ ਦੈਟ ਇਹਨੇ ਰਾਵਲਪਿੰਡੀ ਕਿਸੇ ਨੇ ਨਹੀਂ ਘੁਮਾਇਆ। ਮੈਂ ਖੁਦ ਗਿਆ ਜੀ ਪਾਕਿਸਤਾਨ ਤੇ, ਸਿਰਫ ਲਾਹੌਰ ਤੱਕ ਹੀ ਰਿਹਾ। ਮੈਨੂੰ ਰਾਵਲਪਿੰਡੀ ਘੁੰਮਣ ਦਾ ਮੌਕਾ ਮਿਲਿਆ ਕਿ ਮੈਂ ਉੱਥੇ ਜਾ ਕੇ ਇਹ ਚੀਜ਼ ਦੇਖੀ ਕਿ ਸਾਡਾ ਇੱਕ ਕਿਸਮ ਦਾ ਲੁਧਿਆਣਾ ਉੱਥੇ, ਪੁਰਾਣਾ ਲੁਧਿਆਣਾ। ਅੱਛਾ ਜੀ। ਜਸਟ ਲਾਈਕ ਚੌੜਾ ਬਾਜ਼ਾਰ ਵਾਲੀ ਸਾਈਡ, ਹਾਂਜੀ, ਜਸਟ ਲਾਈਕ ਦੈਟ, ਜਿਵੇਂ ਸਾਡੇ ਇੱਥੇ ਮੀਨਾ ਬਾਜ਼ਾਰ ਬਣਿਆ ਵਾ ਜਾਂ ਹੋਰ ਬਣਿਆ ਵਾ, ਜਸਟ ਲਾਈਕ ਦੈਟ। ਅੱਛਾ ਜੀ। ਅਤੇ ਇੰਨਾ ਕੁ ਮਜ਼ਾ ਆਉਂਦਾ ਕਿ ਉਹ ਲੋਕ ਤੁਹਾਨੂੰ ਜੇ ਅਸੀਂ ਕੋਈ ਚੀਜ਼ ਪਰਚੇਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਨੂੰ ਇਹ ਕਹਿੰਦਾ ਤੁਸੀਂ ਫ੍ਰੀ ਲੈ ਜਾਓ, ਫ੍ਰੀ ਲੈ ਜਾਓ, ਆ ਤੁਸੀਂ ਸਾਡੇ ਮਹਿਮਾਨ ਹੋ, ਮਹਿਮਾਨ ਹੋ। ਹਾਂਜੀ ਹਾਂਜੀ। ਅਤੇ ਕੋਈ ਖਾਸ ਕਿੱਸਾ ਜੀ ਕੁਛ ਹੋਇਆ ਹੋਵੇ ਉੱਥੇ? ਖਾਸ ਕਿੱਸਾ ਤਾਂ ਹੁਣ ਮੈਂ ਤੁਹਾਨੂੰ ਕੀ ਦੱਸਾਂ। ਹਾਂਜੀ। ਅਤੇ ਇੱਕ ਵਾਰੀ ਜੋ ਪਹਿਲੀ ਵਾਰੀ ਫਸਟ ਟਾਈਮ ਅਸੀਂ ਗਏ ਹਾਂ, ਹਾਂਜੀ, ਤਾਂ ਦੈਨ ਅਸੀਂ ਉੱਥੇ ਸੀਗੇ ਆਪਣਾ ਡੇਰਾ ਸਾਹਿਬ, ਹਾਂਜੀ, ਡੇਰਾ ਸਾਹਿਬ ਤੁਸੀਂ ਨਿਕਲੇ ਗੁਰਦੁਆਰੇ ਘੁੰਮਣ, ਮੇਰੇ ਨਾਲ ਮੇਰੇ ਕੁਲੀਗ ਸੀਗੇ ਦੋ ਹੋਰ, ਹਾਂਜੀ, ਅਸੀਂ ਇੱਕ ਦੁਕਾਨ 'ਤੇ ਜਾ ਕੇ ਬੈਠ ਕੇ ਅਸੀਂ ਕਿਹਾ ਚਾਹ ਪੀਣੀ ਹੈ, ਹਾਂਜੀ, ਕਹਿੰਦੇ ਬੈਠੋ, ਹਾਂਜੀ, ਸਾਹ ਜੀ ਕਹਿੰਦਾ ਦੱਸੋ, ਕਹਿੰਦਾ ਚਾਹ ਕਿੱਦਾਂ ਦੀ ਪੀਓਗੇ? ਅੱਛਾ ਜੀ। ਉਹ ਮੇਰੇ ਨਾਲ ਮੁੰਡਾ ਸੀ, ਕਹਿੰਦਾ ਜੀ ਲੈਚੀ ਵਾਲੀ ਪੀਣੀ ਹੈ, ਕਹਿੰਦਾ ਠੀਕ ਹੈ ਸਾਹ ਜੀ ਬੈਠੋ ਫਿਰ, ਹਾਂਜੀ, ਉਹਨੇ ਵਿਚਾਰ ਨੇ ਚਾਹ ਚੂਹ ਧਰੀ, ਚਾਹ ਧਰ ਕੇ ਉਹਨੇ ਚੱਕੀਆਂ ਦੋ ਲੈਚ
ਕਿਉਂਕਿ ਹਾਲੇ ਤੱਕ ਯਾਨੀ ਕਿ ਉਹਨਾਂ ਦੀ ਯਾਨੀ ਕਿ ਐਜ਼ ਇਟ ਇਜ਼ ਜਿਵੇਂ ਪਿੰਡੂ ਮਾਹੌਲ ਜਸਟ ਲਾਈਕ ਦੈਟ ਲਾਹੌਰ ਦੇ ਵਿੱਚ ਯਾਨੀ ਕਿ ਸਾਡੇ ਨਾਲ ਇੰਸੀਡੈਂਟ ਹੋਇਆ ਉਹ ਸਾਨੂੰ ਅੱਜ ਤੱਕ ਵੀ ਯਾਦ ਆ ਸੀ ਕਈ ਵਾਰੀ ਕਿ ਦੁਕਾਨ ਤੇ ਜਾਂ ਬੈਠ ਕੇ ਚਾਹ ਪੀਣ ਲੱਗਿਆ ਕਹਿੰਦਾ ਲੈਚੀ ਬੜੀ ਸੀਗਾ ਲੈਚੀ ਨਹੀਂ ਬਣੀ ਬਿਨਾਂ ਲੈਚੀ ਵਾਲੇ ਚੱਲੂ ਕੋਈ ਉਹਦੇ ਯਾਰ ਦੋਸਤ ਬਣਿਆ ਹੋਵੇ ਤੁਰਦੇ ਫਿਰਦੇ ਜੀ ਨਹੀਂ ਯਾਰ ਦੋਸਤ ਤਾਂ ਨੀਅਰ ਅਬਾਊਟ ਯਾਨੀ ਕਿ ਇਹ ਆ ਕਿ ਅਸੀਂ ਐਕਚੁਅਲੀ ਗਵਰਨਮੈਂਟ ਜੋਬ ਕਰਕੇ ਫਿਰ ਜ਼ਿਆਦਾ ਠੀਕ ਠੀਕ ਨਹੀਂ ਤੁਸੀਂ ਜਿਵੇਂ ਹੁਣ ਤਾਂ ਮੈਂ ਉੱਧਰ ਸੁਣਿਆ ਵੀ ਜਦੋਂ ਆਪਣੇ ਜਿੱਥੇ ਜਾਂਦੇ ਜ਼ਿਆਦਾ ਮਿਲਣ ਨਹੀਂ ਦਿੰਦੇ ਜੀ ਜਦੋਂ 90s ਤੁਸੀਂ ਗਏ ਸੀ ਆਮ ਲੋਕਾਂ ਨਾਲ ਦਿਰਸ ਨੋ ਪ੍ਰੋਬਲਮ ਅੱਛਾ ਜੀ ਆਮ ਲੋਕਾਂ ਨੂੰ ਉਹ ਲੋਕ ਇਦਾਂ ਦੇ ਸੀਗੇ ਉਹਨਾਂ ਜਿਹੜੇ ਬਜ਼ੁਰਗ ਆ ਉਹ ਆ ਕੇ ਗੁਰਦੁਆਰਾ ਦੇ ਬਾਹਰ ਬੈਠ ਜਾਂਦੇ ਅੱਛਾ ਜੀ ਬੈਠਣ ਤੋਂ ਬਾਅਦ ਜਦੋਂ ਅਸੀਂ ਬਾਹਰ ਨਿਕਲਦੇ ਗੁਰਦੁਆਰੇ ਤੁਸੀਂ ਸਾਹ ਜੀ ਕਿੱਥੋਂ ਆਏ ਹੋ ਹਾਂਜੀ ਅਸੀਂ ਉਹ ਦੱਸਣਾ ਇੱਥੇ ਤਾਂ ਤੁਸੀਂ ਫਲਾਣੇ ਪਿੰਡ ਦੇਖਿਆ ਹਾਂਜੀ ਜਿਹੜੇ ਪਿੰਡ ਦਾ ਉਹਨਾਂ ਨੂੰ ਕੋਈ ਮਿਲ ਜਾਂਦਾ ਬੰਦਾ ਉਹ ਪਿਆਰ ਹੈ ਫਿਰ ਉਹਨੂੰ ਪੁੱਛਣਾ ਵੀ ਸਾਡੀ ਹਵੇਲੀ ਜਾਂ ਸਾਡਾ ਮਕਾਨ ਉੱਥੇ ਸੀ ਉੱਥੇ ਦੱਸੋ ਹੁਣ ਕੌਣ ਰਹਿੰਦਾ ਅੱਛਾ ਜੀ ਇਹ ਚੀਜ਼ਾਂ ਉਹ ਜਾਣੀ ਕਿ ਬਜ਼ੁਰਗ ਹਲੇ ਵੀ ਮਿਸ ਕਰਦੇ ਆ ਜੀ ਉਹ ਆਪਣੇ ਮਿਸ ਵੀ ਕਰਦੇ ਆ ਰੋਂਦੇ ਆ ਵਿਚਾਰੇ ਬਹੁਤ ਜ਼ਿਆਦਾ ਹਾਂਜੀ ਹਾਂਜੀ ਤੁਹਾਡਾ ਕੋਈ ਪਿਛੋਕੜ ਤਾਂ ਨਹੀਂ ਪਾਕਿਸਤਾਨ ਨਹੀਂ ਸਾਡਾ ਕੋਈ ਪਿਛੋਕੜ ਨਹੀਂ ਤੇ ਰੀਜ਼ਨ ਫਿਰ ਉਹ ਬਸ ਸਿੰਪਲੀ ਨਨਕਾਣਾ ਸਾਹਿਬ ਆਪਣੇ ਮੈਂ ਇਹ ਸੀਗਾ ਕਿ ਆਪਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਤਾਂ ਕਰਨੇ ਚਾਹੀਦੇ ਆ ਜੇ ਮੌਕਾ ਮਿਲਦਾ ਤਾਂ ਬਿਲਕੁਲ ਬਿਲਕੁਲ ਸਾਰੀ ਵੱਡੀ ਗੱਲ ਤਾਂ ਇਹ ਆ ਹਾਂਜੀ ਹਾਂਜੀ ਬਾਕੀ ਇਹ ਸੀਗਾ ਕਿ ਮੇਰੇ ਦਿਮਾਗ 'ਚ ਇਹ ਸੀਗਾ ਕਿ ਪੰਜਾ ਸਾਹਿਬ ਜ਼ਰੂਰ ਦੇਖਣਾ ਅੱਛਾ ਜੀ ਸਾਰੋਂ ਵੱਡੀ ਚੀਜ਼ ਜਿਹੜੀ ਮੈਨੂੰ ਖਿੱਚ ਕੇ ਲੈ ਗਈ ਹੈ ਪੰਜਾ ਸਾਹਿਬ ਦੇਖਣ ਦੀ ਅੱਛਾ ਜੀ ਮੈਂ ਨਨਕਾਣਾ ਸਾਹਿਬ ਦੇ ਦਰਸ਼ਨ ਕੀਤੇ ਆ ਪਰ ਮੇਰੀ ਮਾੜੀ ਕਿਸਮਤ ਆ ਵੀ ਪੰਜਾ ਸਾਹਿਬ ਨਹੀਂ ਜਾ ਸਕਿਆ ਪੰਜਾ ਸਾਹਿਬ ਜਾ ਕੇ ਇਹ ਆ ਕਿ ਮੈਨੂੰ ਇਹ ਚੀਜ਼ ਦੇਖਣੀ ਚਾਹੁੰਦਾ ਸੀ ਪੰਜਾ ਲੱਗਿਆ ਕਿੱਦਾਂ ਹੋਇਆ ਕੀ ਚੀਜ਼ ਉਹਦੇ ਮੇਨਟੇਨ ਕੀਤੀ ਵੀ ਅੱਛਾ ਆ ਉੱਥੇ ਉਹ ਗੱਲ ਵੀ ਕਰਦੇ ਹੁੰਦੇ ਆ ਵੀ ਜਿਵੇਂ ਆਪਾਂ ਸਾਰੇ ਕੋਈ ਵੀ ਉੱਥੇ ਜਾ ਕੇ ਪੰਜਾ ਲਾਉਂਦਾ ਤਾਂ ਉਹਦੇ ਚ ਪੰਜੇ ਦੇ ਵਿੱਚ ਕੋਈ ਬੰਦਾ ਪੰਜਾ ਲਾਉਂਦਾ ਪੰਜਾ ਐਜ਼ ਇਟ ਇਜ਼ ਉਹਨਾਂ ਕੀ ਸਾਈਜ਼ ਹੋ ਜਾਂਦਾ ਅੱਛਾ ਜੀ ਠੀਕ ਹੈ ਫਿਰ ਨੰਬਰ 2 ਤੁਸੀਂ ਇਹ ਦੇਖੋ ਜਿਹੜਾ ਉਹਦਾ ਪਾਣੀ ਆ ਰਿਹਾ ਹਾਂਜੀ ਉੱਪਰੋਂ ਆ ਰਿਹਾ ਪਾਣੀ ਆਉਣ ਦੇ ਕਰਕੇ ਤੁਸੀਂ ਉਹੀ ਪਾਣੀ ਦੇ ਵਿੱਚ ਲੋਕ ਨਹਾਉਂਦੇ ਆ ਠੀਕ ਹੈ ਉਹੀ ਪਾਣੀ ਖਾਣ ਪੀਣ ਵਾਸਤੇ ਯੂਜ਼ ਹੁੰਦਾ ਉਹ ਪਾਣੀ ਦਾ ਸਵਾਦ ਇੰਨਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਅੱਛਾ ਤੇ ਸਿਕਿਉਰਿਟੀ ਦੇ ਤੌਰ ਤੇ ਤੁਹਾਨੂੰ ਉੱਧਰ ਸਿਕਿਉਰਿਟੀ ਬੈਟਰ ਬਹੁਤ ਬੈਟਰ ਇਦਾਂ ਦੀ ਕੋਈ ਗੱਲ ਨਹੀਂ ਕਿਉਂਕਿ ਸਾਡੇ ਲੋਕਾਂ ਵਾਸਤੇ ਬਹੁਤ ਜ਼ਿਆਦਾ ਕਰਦੇ ਹੋ ਅੱਛਾ ਜੀ ਚਾਹੇ ਗਵਰਨਮੈਂਟ ਕਰਦੀ ਹੈ ਚਾਹੇ ਉਹ ਕਰਦੇ ਆ ਤੇ ਰੱਖ ਰਖਾਵ ਜਿਵੇਂ ਆਪਣੇ ਇੰਨੇ ਲੋਕ ਜਾਂਦੇ ਆ ਟ੍ਰੇਨਾਂ ਭਰ ਕੇ ਜਾਂਦੇ ਆ ਰੱਖ ਰਖਾਵ ਬਹੁਤ ਵਧੀਆ ਮੈਂ ਲਾਸਟ ਟਾਈਮ ਗਿਆ ਦਿਨ ਮੇਰੇ ਨਾਲ ਮਿਸਟਰ ਜਵੰਦਾ ਸੀਗੇ ਇੱਥੇ ਹੈਡ ਆਫ ਡਿਪਾਰਟਮੈਂਟ ਆਪਣੇ ਕੰਪਿਊਟਰ ਸਾਇੰਸ ਦੇ ਲੁਧਿਆਣੇ ਪੁਰਾਣਾ ਇੰਜੀਨੀਅਰਿੰਗ ਕਾਲਜ ਠੀਕ ਹੈ ਜੀ ਉਹਨਾਂ ਦੇ ਨਾਲ ਬੱਚੇ ਸੀ ਇੱਕ ਬੱਚਾ ਉਹਨਾਂ ਦਾ ਮੇਰੇ ਖਿਆਲ 'ਚ ਹੈਂਡੀਕੈਪ ਆ ਓਕੇ ਜੀ ਬਲਾਈਂਡ ਆ ਵਿਚਾਰਾ ਅੱਛਾ ਜੀ ਛੋਟੇ ਹੁੰਦੇ ਕੋਈ ਪ੍ਰੋਬਲਮ ਹੋ ਗਈ ਸੀਗੀ ਠੀਕ ਠੀਕ ਉਹਦੀ ਅੱਖਾਂ ਦੀ ਦਵਾਈ ਪਈ ਤਾਂ ਬਲਾਈਂਡ ਹੋ ਗਿਆ ਅੱਛਾ ਜੀ ਤੇ ਸਾਨੂੰ ਜਗ੍ਹਾ ਨਹੀਂ ਮਿਲੀ ਐਟ ਦੈਟ ਟਾਈਮ ਉਹ ਆਪਣੇ ਉਹ ਸੀਗਾ 600-300 ਸਾਲਾਂ ਸੀ ਮੇਰੇ ਖਿਆਲ ਪਤਾ ਨਹੀਂ ਅੱਛਾ ਉਦੋਂ ਜ਼ਿਆਦਾ ਰਸ ਸੀ ਉਦੋਂ ਰਸ ਸੀਗਾ ਫਿਰ ਸਾਨੂੰ ਇਹਨਾਂ ਨੇ ਸਕੂਲਾਂ ਦੇ ਵਿੱਚ ਰੱਖਿਆ ਸੀ ਅੱਛਾ ਜੀ ਪਰ ਜੋ ਸੇਵਾ ਉਹਨਾਂ ਨੇ ਕੀਤੀ ਆ ਅਸੀਂ ਅੱਜ ਤੱਕ ਨਹੀਂ ਦੇਖੀ ਮੈਂ ਆਪਣੀ ਲਾਈਫ ਦੇ ਵਿੱਚ ਅੱਛਾ ਜੀ ਸਕੂਲਾਂ ਦੇ ਵਿੱਚ ਰਾਤ ਨੂੰ ਉਠਾ ਕੇ ਇਹਨਾਂ ਨੇ ਹਾਂਜੀ ਕੁਲਫੀਆਂ ਅੰਬ ਗੰਨੇ ਅੱਛਾ ਜੀ ਗੋਲ ਗੱਪੇ ਪਤਾ ਨਹੀਂ ਕੀ ਕੀ ਚੀਜ਼ਾਂ ਖਲਾਈ ਸਰਕਾਰ ਬੰਨਿਓ ਸੀ ਜਾਂ ਆਪਣੇ ਲੋਕਾਂ ਵੱਲੋਂ ਇਹ ਆਪਣੇ ਲੋਕਾਂ ਵੱਲੋਂ ਸੀ ਤੇ ਪਾਕਿਸਤਾਨ ਦੇ ਲੋਕਾਂ ਵੱਲੋਂ ਸੀ ਬਹੁਤ ਵਧੀਆ ਬਹੁਤ ਵਧੀਆ ਤੇ ਕੁਛ ਖਾਸ ਜਿਵੇਂ ਆਪਣੇ ਇੱਧਰ ਲੋਕਾਂ ਦੇ ਵਿੱਚ ਹੈਗਾ ਦਿਮਾਗ ਦੇ ਵਿੱਚ ਵੀ ਜੇ ਤੁਸੀਂ ਪਾਕਿਸਤਾਨ ਨਹੀਂ ਜਾਣਾ ਜਾਂ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਤੁਹਾਡੇ ਉਹਦੇ 'ਤੇ ਤੁਹਾਡੀ ਕੀ ਸੋਚ ਆ ਜੀ ਉਸ ਨਹੀਂ ਇਹ ਤਾਂ ਹੋਊਗਾ ਬਣਾਇਆ ਮੇਰੇ ਹਿਸਾਬ ਨਾਲ ਕਿਉਂਕਿ ਤੁਸੀਂ ਕਹਿੰਦੇ ਵੀਜ਼ਾ ਲੱਗ ਗਿਆ ਹੁਣ ਮੇਰੇ ਨਾਲ ਮਿਸਟਰ ਜਵੰਦਾ ਹਾਂਜੀ ਗਏ ਹਾਂ ਤਾਂ ਆਫਟਰ ਦੈਟ ਉਹ ਜਦੋਂ ਆਏ ਆ ਹਾਂਜੀ ਆਉਣ ਤੋਂ 2 ਮਹੀਨੇ ਬਾਅਦ ਉਹ ਅਮਰੀਕਾ ਚਲਾ ਗਿਆ USA ਪਾਕਿਸਤਾਨ ਦਾ ਮੈਚ ਹੁੰਦਾ ਫਿਰ ਕਿੱਧਰ ਹੁੰਦੇ ਹੋ ਉਹੀ ਚੀਜ਼ ਆ ਉਹ ਤਾਂ ਐਜ਼ ਇਟ ਇਜ਼ ਨੈਚੁਰਲੀ ਆ ਕਿ ਉਹ ਖੂਨ ਦੇ ਵਿੱਚ ਹੀ ਹੁੰਦੀ ਹੈ ਜੀ ਕਿਉਂਕਿ ਆਇਆ ਨਹੀਂ ਹੁਣ ਗੁਆਂਢੀ ਆਪਣੇ ਹਾਂਜੀ ਗੁਆਂਢ 'ਚ ਜਿਹਦੇ ਆਪਾਂ ਵੈਸੇ ਬੈਠੇ ਉਹ ਗੱਲ ਵੱਖਰੀ ਹੈ ਜਦੋਂ ਆਪਾਂ ਕੰਟੈਸਟ ਕਰਨ ਲੱਗ ਜਾਂਦੇ ਹਾਂ ਉਹ ਨੈਚੁਰਲੀ ਆ ਕਿ ਆਪਣੇ ਆਪਣਾ ਬਣ ਆ ਜਾਂਦਾ ਵੀ ਹਾਂ ਆਹ ਮੇਰੇ ਆ ਉਹ ਉਹਨਾਂ ਦੇ ਇਹ ਚੀਜ਼ ਤਾਂ ਵੀ ਮੈਂ ਪੁੱਛਦਾ ਥੋੜ੍ਹਾ ਜਿਹਾ ਆ ਹੀ ਜਾਂਦਾ ਮੈਂ ਕਈ ਵਾਰੀ ਮੈਂ ਸੁਣਿਆ ਨਾ ਵੀ ਸਾਡੇ ਖਾਸ ਤੌਰ 'ਤੇ ਬੰਬੇ ਦੇ ਵਿੱਚ ਵੀ ਜਿਵੇਂ ਪਾਕਿਸਤਾਨ ਦੇ ਸਪੋਰਟਰ ਬਹੁਤ ਹੁੰਦੇ ਨੇ ਮੈਂ ਦੇਖਣਾ ਚਾਹੁੰਦਾ ਸੀ ਵੀ ਸਾਡੇ ਪੰਜਾਬ 'ਚ ਵੀ ਇਹੋ ਜਿਹੇ ਸਪੋਰਟਰ ਹੈਗੇ ਜਿਹੜੇ ਪਾਕਿਸਤਾਨੀ ਸਪੋਰਟ ਕਰਦੇ ਨੇ ਜਾਂ ਸਿਰਫ ਇੰਡੀਆ ਦੇ ਐਕਚੁਅਲੀ ਪਤਾ ਦੇਖੋ ਆਪਣਾਪਨ ਤਾਂ ਨੈਚੁਰਲੀ ਆ ਜਾਂਦਾ ਹੁਣ ਆਪਾਂ ਅਸੀਂ ਜੰਮੇ ਪਲੇ ਇੱਥੇ ਸਭ ਕੁਝ ਇੱਥੇ ਹਾਂਜੀ ਹਾਂਜੀ ਉਹ ਨੈਚੁਰਲੀ ਆ ਕੇ ਬੰਦੇ ਨੂੰ ਹੁੰਦਾ ਯਾਰ ਮੇਰੇ ਜਿਹੜੇ ਕੰਟਰੀ ਦੇ ਬੰਦੇ ਖੇਡ ਰਹੇ ਆ ਇਹੀ ਜਿੱਤਣੇ ਚਾਹੀਦੇ ਉਹ ਜਿੱਤਣੇ ਚਾਹੀਦੇ ਚਲੋ ਬਹੁਤ ਵਧੀਆ ਲੱਗਿਆ ਜੀ ਤੇ ਫਿਰ ਹੋਰ ਹਜੇ ਪਲਾਨ ਹੈਗਾ ਦੁਬਾਰਾ ਜਾਣ ਦਾ ਜੀ ਨਹੀਂ ਹਾਲੇ ਤੱਕ ਤਾਂ ਕੋਈ ਨਹੀਂ ਹੁਣ ਮੈਂ ਦੇਖੂੰਗਾ ਰਿਟਾਇਰਮੈਂਟ ਤੱਕ ਜੇ ਮੌਕਾ ਮਿਲਿਆ ਤਾਂ ਫਿਰ ਦੁਬਾਰਾ ਦੇਖਾਂਗੇ ਚਲੋ ਬਹੁਤ ਵਧੀਆ ਲੱਗਿਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਟਾਈਮ ਦੇਣ ਦੇ ਲਈ ਸੋ ਇਹ ਸੀ ਸਰਦਾਰ ਸਤਿੰਦਰਪਾਲ ਸਿੰਘ ਜੀ ਦੇ ਵਿਚਾਰ ਆਪਣੇ ਪਾਕਿਸਤਾਨ ਵਿਜੇਟ ਦੇ ਲਈ ਜਿਹੜੇ ਕਿ ਇੱਕ ਵਾਰੀ ਫਿਰ ਆਪਾਂ ਕਹੀਏ ਵੀ ਪੋਜ਼ਿਟਿਵ ਹੀ ਨੇ ਅਸੀਂ ਇਹਦੇ 'ਚ ਕੁਛ ਇਹੋ ਜਿਹਾ ਕੱਟ ਨਹੀਂ ਕਰਦੇ ਜਾਂ ਕੋਈ ਸਾਡੀ ਸਕ੍ਰਿਪਟਡ ਨਹੀਂ ਹੁੰਦਾ ਹੈਗਾ ਵੀ ਅਸੀਂ ਪੋਜ਼ਿਟਿਵ ਹੀ ਰੱਖੀਏ ਅਸੀਂ ਤਾਂ ਚਾਹੁੰਦੇ ਹਾਂ ਵੀ ਲੋਕ ਨੈਗੇਟਿਵ ਵੀ ਦੱਸਣ ਕਿਉਂਕਿ ਜੇ ਨੈਗੇਟਿਵ ਸਾਹਮਣੇ ਆਉਣਗੇ ਤਾਂ ਹੀ ਉਹ ਕੱਲ੍ਹ ਨੂੰ ਪੋਜ਼ਿਟਿਵ ਹੋਣਗੇ ਪਰ ਫਿਲਹਾਲ ਦੀ ਘੜੀ ਹਜੇ ਕੋਈ ਇਹੋ ਜਿਹਾ ਨੈਗੇਟਿਵ
ਬਹੁਤ ਬਹੁਤ ਸ਼ੁਕਰੀਆ ਸਾਡਾ ਚੈਨਲ ਦੇਖਣ ਦੇ ਲਈ। ਸਬਸਕ੍ਰਾਈਬ ਕਰੋ ਸਾਨੂੰ, ਜੇ ਤੁਹਾਡੇ ਕੋਈ ਸੁਝਾਅ ਨੇ ਜ਼ਰੂਰ ਸਾਨੂੰ ਲਿਖੋ, ਆਏ ਨੇ ਇੱਕ ਦੋ ਵਧੀਆ ਸੁਝਾਅ ਅਸੀਂ ਉਹਨਾਂ 'ਤੇ ਵੀ ਗੌਰ ਕਰਾਂਗੇ। ਬਹੁਤ ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ, ਚੰਗਾ ਜੀ ਸਰ, ਸਤਿ ਸ਼੍ਰੀ ਅਕਾਲ, ਥੈਂਕ ਯੂ।